ਮੰਮੀ ਪਲੇਅਰ ਭੇਜ ਦੇ ਮੇਰੇ ਸਕੋਰਾਂ ਦੇ ਕੋਲ। ਕਮੇਟੀ ਨੇ ਕਿਹਾ ਵੀ ਜਿੰਨੇ ਵੀ ਤੇ ਉਹਨੇ ਹੀ ਲੈਣਗੇ। ਜਲਦੀ ਆ ਜਲਦੀ ਵੀਰੇ ਜਲਦੀ ਆ, ਖੇਲੇ ਆ ਨਵੀਂ ਹੈ ਨਵੀਂ ਸ਼ੁਰੂ ਕਰਵਾਵਾਂਗੇ ਜਲਦੀ ਦੇ ਨਾਲ। ਬੜੀ ਮੁਸੀਬਤਾਂ ਜੀ ਤਕੜਾ ਮੈਚ ਜਿਹੜਾ ਕਹਿੰਦੇ ਸ਼ੁਰੂ ਹੋ ਚੁੱਕਿਆ ਮੇਰੇ ਮਿੱਤਰ। ਲੈ ਵੇਖੋ ਕਹਿੰਦੇ ਐਨ ਤਕੜੀ ਬਾਲ ਪਾ ਦਿੱਤੀ ਹੈ ਜੋਧਾ ਵਾਲਾ, ਕਹਿੰਦੇ ਗੱਗੀ ਸਿਰੇ ਦੀ ਬਾਲ ਪਾ ਗਿਆ ਮੇਰੇ ਮਿੱਤਰ ਖੇਡ ਦੇ ਗਰਾਊਂਡ ਦੇ ਅੰਦਰ। ਚੋਟੀ ਦਾ ਮੈਚ ਇੱਥੇ ਨਾ ਗਾਲ ਕੱਢ, ਸੈਮੀ ਫਾਈਨਲ ਦੀਆਂ ਜਿਹੜੀਆਂ ਟਾਈਆਂ ਪਾ ਜਾ ਰਹੀਆਂ ਦੂਜੇ ਸਟੇਜ ਦੇ ਖੱਬੇ ਹੱਥ ਆ ਸਾਰੀਆਂ ਜਿੱਤੀਆਂ ਹੋਈਆਂ ਟੀਮਾਂ ਦੇ ਇੱਕ ਇੱਕ ਖਿਡਾਰੀ ਆ ਜਾਣਾ। ਸੈਮੀ ਫਾਈਨਲ ਦੀਆਂ ਟਾਈਆਂ ਆਪਾਂ ਪਾਉਣ ਜਾ ਰਹੇ ਹਾਂ। ਲੈ ਵੇਖੋ ਕਹਿੰਦੇ ਅਗਲੀ ਬਾਲ ਚੋਦਾ ਵਾਲਾ, ਕਹਿੰਦੇ ਗੱਗੀ ਪਾ ਰਿਹਾ ਤੇ ਲੱਖੀ ਯਾਰਾਂ ਦੀ ਤੇ ਮਨੀ ਮਸੂਤਾ ਜੀ ਵੀ ਆਉਣ ਇਸ ਮੈਚ ਦੇ ਲਈ। ਮੈਂ ਸਾਹਮਣੇ ਕਹਿੰਦੇ ਨਾਇਰ ਗੱਭਰੂ ਬਾਲਿਆਂ ਵਾਲੀ ਪਿੰਡ ਹਰ ਦੀਪੂ ਦਾ, ਹਰ ਦੀਪੂ ਕਹਿੰਦੇ ਬਾਲਿਆਂ ਵਾਲੀ ਪਿੰਡ ਦਾ ਖੇਡ ਦੇ ਗਰਾਊਂਡ ਦੇ ਅੰਦਰ ਸਾਹਮਣੇ ਆ ਮੇਰਾ ਮਿੱਤਰ। ਤਗੜਾ ਮੈਚ ਦੋਵੇਂ ਟੀਮਾਂ ਦਾ, ਕਿ ਜ਼ੋਰ ਤੇ ਜਵਾਨੀ ਹੁੰਦੇ ਅਮਰਾਂ ਦਾ ਖੇਡ ਬਈ ਇਹਦੇ ਵਿੱਚ ਆਉਂਦੇ ਯਾਰੋ, ਸਾਨਾ ਵਾਲੇ ਭੇੜ ਬਈ ਇਹਦੇ ਵਿੱਚ ਆਉਂਦੇ ਯਾਰੋ, ਸਾਨਾ ਵਾਲੇ ਭੇੜ ਬਈ ਲਓ। ਦੀਪੂ ਕਹਿੰਦੇ ਐਨ ਆਊਟ ਹੋ ਚੁੱਕਿਆ, ਦੀਪੂ ਕਹਿੰਦੇ ਆਊਟ ਹੋ ਚੁੱਕਿਆ ਮੇਰਾ ਮਿੱਤਰ। ਖਿਡਾਰੀ ਕਹਿੰਦੇ ਆਊਟ ਹੋ ਕੇ ਵਾਪਸ ਜਾਂਦਾ ਹੋਇਆ ਮੰਨਾ ਆ ਗਿਆ ਬਾਲਿਆਂ ਵਾਲੀ ਪਿੰਡ ਦਾ ਖੇਡ ਦੇ ਗਰਾਊਂਡ ਦੇ ਅੰਦਰ। ਦੌੜ ਕੇ ਆ ਮੰਨਿਆ, ਦੌੜ ਕੇ ਐਕਸਟਰਾ ਬੈਟਸਮੈਨ ਲੈਗ ਅੰਪਾਇਰ ਦੇ ਕੋਲ ਆਓ। ਵਿਨੋਦ ਵੀਰ ਜੀ ਲੈਗ ਅੰਪਾਇਰ ਕੇ ਪਾਸ ਆ ਜਾਓ। ਵਿਨੋਦ ਨੇ ਜੀ ਅਗਲਾ ਨੂੰ ਬੇਨਤੀ ਵੀ ਲੈਗ ਅੰਪਾਇਰ ਦੇ ਕੋਲ ਆ ਜਾਈਏ, ਕਿਉਂਕਿ ਮੈਚ ਨੂੰ ਸਮਾਂ ਜਿਹੜਾ ਬਹੁਤ ਲੱਗ ਰਿਹਾ ਤੇ ਦੋ ਸੈਮੀ ਇੱਕ ਫਾਈਨਲ ਬਾਕੀ ਸਮਾਂ ਬਹੁਤ ਹੋ ਚੁੱਕਿਆ ਹੈ। ਜੋਧਾ ਦਾ ਮੈਚ ਬਾਲਿਆਂ ਵਾਲੀ ਦੇ ਨਾਲ ਟੱਕਰ, ਕਹਿੰਦੇ ਦੋ ਜਾਂ ਤਿੰਨ ਜ਼ਿਲ੍ਹਿਆਂ ਦੀ ਆਪਾਂ ਕਹਿ ਸਕਦੇ ਵੀ ਤਿੰਨ ਜ਼ਿਲ੍ਹਿਆਂ ਦੀ ਟੱਕਰ, ਚਾਰ ਦੀ ਕਹਿ ਸਕਦੇ ਹਾਂ ਕਿਉਂਕਿ ਨੇਫੀਏ ਵਾਲਾ ਵੀ ਗਰਾਊਂਡ ਦੇ ਵਿੱਚ ਹੈ ਤੇ ਬਾਲਾ ਕਹਿੰਦੇ ਲੁਧਿਆਣੇ ਵਾਲਾ ਪਾ ਰਹੇ ਹੈ। ਬਠਿੰਡੇ ਵਾਲਾ ਸਟ੍ਰਾਈਕ ਤੇ ਨਾਨ ਸਟ੍ਰਾਈਕ ਤੇ ਮੁੰਡਾ ਕਹਿੰਦੇ ਫਰੀਦਕੋਟ ਹੀ ਹੈ। ਮੈਂ ਦੇਖੋ ਟਿਕਾਣੇ ਦਾ ਮੈਚ ਆ ਤੇ ਉੱਧਰ ਜੁਗਲੂ ਪੈਕਸ ਦੇ ਕੋਲ ਤਾਈਆਂ ਦੀ ਪਾ ਜਾ ਰਹੀਆਂ ਸੈਮੀ ਆ ਜਾਵੇ ਸਾਡੀ ਬੇਨਤੀ ਹੈ। ਤੇ ਅਗਲੀ ਗੱਲ ਲੱਖੀ ਕਾਲਾ ਪੁਟਾਲ ਵਾਲਾ ਸ਼ੇਅਰ ਕਰਦੇ ਕਰੋ ਬਾਈ। ਲੋ ਦੇਖੋ ਕਹਿੰਦੇ ਮੰਨਾ ਇਹ ਬਾਲਿਆਂ ਵਾਲੀ ਦੀ ਧਰਤੀ ਦਾ, ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ, ਗਿੱਧੇ ਭੰਗੜੇ ਦੀ ਰਾਣੀ, ਇੱਥੇ ਰੀਤ ਪੁਰਾਣੀ ਹੈ, ਇਹ ਮਾਲਵੇ ਦੀ ਧਰਤੀ ਮੇਰੇ ਵੀਰ ਬਾਲਿਆਂ ਵਾਲੀ ਦੀ ਧਰਤੀ ਦਾ। ਮਨਪ੍ਰੀਤ ਸਿੰਘ ਲਾਈਵ ਸਹੀ ਚੱਲਦਾ ਬਾਈ, ਆਈ ਗਰੇ ਵਾਲਾ ਕੀ ਫੈਕਟ ਚੇਂਜ ਕਰੀਏ ਸਿੰਘ ਮੇਰੇ ਪੰਜਾਬੀ ਵੀਰ, ਦੇਖੋ ਵੇਖੀ ਯਾਰ ਫੈਕਟ ਚੇਂਜ ਕਰਾ ਗਿਆ ਸਹੀ ਹੈ ਸਵਾਦ ਕਹਿੰਦੇ ਵੱਖਰੀ ਹੈ। ਲੋ ਵੇਖੋ ਤਕੜੀ ਬਾਲ ਕਹਿੰਦੇ ਜੋਧਾ ਵਾਲੀ ਗੱਗੀ ਦੀ, ਤੇ ਬਾਲ ਜਿਹੜੀ ਐਨ ਬਾਊਟ ਹੋ ਚੁੱਕੀ ਹੈ, ਸਰਾਭੇ ਦਾ ਏਰੀਆ ਪੈ ਜਾਂਦਾ ਕਹਿੰਦੇ ਉਸ ਨੌਜਵਾਨ ਗੱਭਰੂ ਨੂੰ। ਦੇਖੋ ਸਾਹਮਣੇ ਇੱਧਰ ਸੁਣੀ ਕਹਿੰਦਾ ਮੇਰਾ ਭਾਣਜਾ ਨਵਾਂ ਫੂਲ ਵੀ ਖੇਡਦਾ, ਇਹਦੇ ਬੜੇ ਚਰਚੇ ਹੈ ਮੁੰਡਾ ਵੀ, ਕਹਿੰਦੇ ਪੰਜਾਬ ਲੀਗ ਦੇ ਵਿੱਚ ਹੈ, ਜਾਤਾ ਵੀ ਖੜਾ ਕਹਿੰਦੇ ਤਲਵੰਡੀ ਵਾਲਾ ਹੈ, ਤੇ ਗੱਲਾਂ ਕਹਿੰਦੇ ਸ਼ੌਕਰ ਦੇ ਵਿੱਚ ਗਾਤੇ ਦੀਆਂ ਵੀ ਚੱਲਦੀਆਂ ਹੈ। ਲੋ ਦੇਖੋ ਰਣ ਕਹਿੰਦੇ ਨਹੀਂ ਹੈ ਮੰਨਾ ਹੈ ਬਾਲਿਆਂ ਵਾਲੀ ਦੀ ਧਰਤੀ ਦਾ, ਮਾਣ ਵੀ ਪੁੱਜਿਆ ਹੋਇਆ ਤੇ ਪੂਰੀ ਸਪੋਰਟ ਕਰਦਾ ਹੈ। ਗੱਲਾਂ ਆਨੰਦਗੜ੍ਹ ਕੋਟਰ ਦੇ ਗੁਰੇ ਬੂਸਰ ਦੀਆਂ ਚੱਲਦੀਆਂ ਹੈ। ਦੇਖੋ ਕਹਿੰਦੇ ਜੋਧਾ ਵਾਲਾ ਗੱਗੀ ਤਿਆਰ ਬਰ ਤਿਆਰ ਹੈ ਮੇਰੇ ਵੀਰ, ਮੋਹਣੇ ਹੁਣਾਂ ਦੇ ਤਰਦੇ ਹੁਣਾਂ ਦੇ ਪਿੰਡ ਦਾ ਨੌਜਵਾਨ ਗੱਭਰੂ ਤਿਆਰ ਹੈ ਮੇਰੇ ਵੀਰ। ਇੱਧਰ ਦੇਖਾਂਗੇ ਮੰਨਾ ਹੈ ਬਾਲੇ ਵਾਲੀ ਦੀ ਧਰਤੀ ਦਾ, ਗੋਰੇ ਬੂਸਰ ਦਾ ਜੁੰਡੀ ਦਾ ਯਾਰ ਹੈ ਮੇਰੇ ਵੀਰ, ਖੇਡਿਆ ਹੋਇਆ ਸ਼ਾਟ ਹੈ ਕਹਿੰਦੇ ਮੰਨੇ ਦਾ, ਰਣ ਚਾਰ ਜਿਹੜੇ ਜੁੜ ਚੁੱਕੇ ਹੈ, ਰਣ ਚਾਰ ਦਾ ਵਾਧਾ ਹੋ ਚੁੱਕਿਆ ਮੇਰੇ ਵੀਰ। ਪਟਾਲ ਤੇ ਤੁੰਗ ਵਾਲੀ
ਜੇਤੂ ਦੇ ਸਰਸਾ ਪਟਾਲ ਤੇ ਟੋਂਗਾਲੀ ਦੀਆਂ ਟੀਮਾਂ ਆਵੇ ਗੱਗੂ ਨਾ ਜਾਣਾ ਪਟਾਲ ਤੇ ਟੋਂਗਾਲੀ ਜੇਤੂ ਤੇ ਸਰਸਾ ਪੋਸੀਆਂ ਹੋ ਫਿੱਟੇ ਗੱਭਰੂਆ ਟੋਂਗਾਲੀ ਦੇ ਪਟਾਲ ਦਾ ਕਹਿੰਦੇ ਪਹਿਲਾ ਸੈਮੀਫਾਈਨਲ ਹੋਵੇਗਾ ਕਰ ਦੋ ਬਈ ਕਰ ਦੋ ਸਾਰੇ ਸ਼ੇਅਰ ਯਾਰ ਬਾਈ ਮੈਂ ਪਹਿਲਾਂ ਬੋਲਿਆ ਸੰਦੀਪ ਬੋਲਾਂ ਦੇ ਦੋ ਬਾਈ ਗਰਾਊਂਡ ਚ ਮੇਰੀ ਬੇਨਤੀ ਹੈ ਇੱਕ ਓਵਰ ਦੀ ਸਮਾਪਤੀ ਦੇ 11 ਸਕੋਰ ਹੋ ਚੁੱਕੇ ਆ ਬਾਲਿਆਲੀ ਦੀ ਟੀਮ ਦੇ ਇੱਕ ਓਵਰ 11 ਹੋ ਗਏ ਆ ਮੇਰੇ ਵੀਰੋ ਆ ਗਿਆ ਕਹਿੰਦੇ ਜੌਣੇ ਵਾਲੇ ਪਿੰਡ ਦਾ ਬੋਂਗੋ ਮੇਰੇ ਵੀਰੋ ਬੋਂਗੋ ਆ ਗਿਆ ਜਿਹਦੀ ਬੜੀ ਚੜ੍ਹਤ ਹੈ ਕ੍ਰਿਕਟ ਦੇ ਵਿੱਚ ਯੂਐਸਏ ਕ੍ਰਿਕਟ ਲਵਰ ਦੀ ਟੀ ਸ਼ਰਟ ਪਾਈ ਹੈ ਸੀਤੇ ਗਿੱਲ ਜੱਖਲਾ ਵਾਲਾ ਪ੍ਰੀਤ ਗਿੱਲ ਕਹਿੰਦੇ ਕਿਸ਼ਨਪੁਰੇ ਵਾਲਾ ਹੈ ਜਿਹੜਾ ਬੈਠਾ ਮੇਰੇ ਵੀਰੋ ਹਰਮਨ ਦੇ ਵਿੱਚ ਤੇ ਹਰਮਨ ਅਲੀਪੁਰ ਵਾਲਾ ਹੈ ਬੈਠਾ ਯੂਨਾਈਟਡ ਸਟੇਟ ਅਮਰੀਕਾ ਦੇ ਵਿੱਚ ਉਹਦੇ ਕਲੱਬ ਦੇ ਲਈ ਖੇਡਦਾ ਨੌਜਵਾਨ ਗੱਭਰੂ ਤੇ ਬਾਲ ਪਾਉਣ ਦੇ ਲਈ ਬੰਗੋ ਕਹਿੰਦੇ ਤਿਆਰ ਹੈ ਦੀਵਾਨ ਵੱਲੋਂ ਕੇ ਤੇ ਬੰਗੋ ਐਵਰੇ ਦੀਪਕ ਸੜਾਣਾ ਉਧਰ ਗੋਰਾ ਬੂਸਰ ਦੇ ਨਾਲ ਸਾਡਾ ਵੀਰ ਮਾਨ ਕੋਟੜੇ ਵਾਲਾ ਕਹਿੰਦਾ ਜਿੰਨੇ ਵੀ ਮੰਨਾ ਪਾਲੇ ਵਾਲੀ ਵਾਲਾ ਛੱਕੇ ਲਾਵੇਗਾ ਹਰ ਇੱਕ ਛੱਕੇ ਦਾ 500 ਦਿੱਤਾ ਜਾਣਾ ਗੋਰੇ ਦਾ ਕਹਿੰਦੇ ਆਨੰਦਗੜ੍ਹ ਕੋਟੜਾ ਪਿੰਡ ਹੈ ਬੂਸਰ ਪੁੱਜਿਆ ਹੋਇਆ ਨਾਲ ਮਾਨ ਹੈ ਕਹਿੰਦੇ ਕੋਟੜੇ ਕੌੜੇ ਵਾਲਾ ਪਟਾਲ ਦੀ ਟੀਮ ਹੈ ਕਿ ਟੌਸ ਕਰੇਗੀ ਜ਼ਰੂਰ ਲਈ ਮੰਨੇ ਵੀਰੇ ਤੇਰੇ ਹਰ ਇੱਕ ਛੱਕੇ ਦਾ 500 ਦਿੱਤਾ ਜਾਣਾ ਗੱਭਰੂ ਹੈ ਦੇਖੋ ਬੰਬੋ ਸਰ ਤਿਆਰ ਹੈ ਇੱਧਰ ਕਹਿੰਦੇ ਫਰੀਦ ਕੋਟੀਆਂ ਮੁੰਡਾ ਵੀ ਤਿਆਰ ਹੈ ਵੀ ਮੁੰਡਿਆਂ ਦੇ ਮੁੰਡਿਆਂ ਫਰੀਦ ਕੋਟੀਆਂ ਤੇਰੇ ਬੁੱਲਾਂ ਦੇ ਸ਼ਰਾਰਤ ਨੱਚਦੀ ਹੈ ਮੁੰਡਿਆਂ ਦੇ ਮੁੰਡਿਆਂ ਫਰੀਦ ਕੋਟੀਆਂ ਇਹ ਖਿਡਾਰੀ ਦਾ ਕਹਿੰਦੇ ਫਰੀਦ ਕੋਟ ਜ਼ਿਲ੍ਹਾ ਹੈ ਕੋਟਕਪੁਰੇ ਦਾ ਏਰੀਆ ਹੈ ਇਹਦਾ ਅੰਮ੍ਰਿਤਪਾਲ ਸਿੰਘ ਨਾਮ ਹੈ ਯਾਰ ਵਾਲੇ ਦੀ ਧਰਤੀ ਦਾ ਅੰਮ੍ਰ ਰਾਣੀ ਕਹਿੰਦੇ ਛੇ ਜਿਹੜੇ ਜੁੜ ਚੁੱਕੇ ਹੈ ਰਾਣੀ ਛੇ ਦਾ ਜਿਹੜਾ ਵਾਧਾ ਹੋ ਚੁੱਕਿਆ ਮੇਰੇ ਵੀਰ ਅੰਮ੍ਰਿਤਪਾਲ ਸਿੰਘ ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਵਣ ਲਈ ਪੰਜ ਸਿਰਾਂ ਦੇ ਬਦਲੇ ਇੱਕ ਦਸਤਾਰ ਪੰਜਾਬੀ ਏ ਮੇਰਾ ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ ਮੰਨਾ ਫਿਰ ਆ ਗਿਆ ਗੋਰੇ ਦਾ ਯਾਰ ਮਾਨ ਦਾ ਯਾਰ ਪਿਆਰ ਹੈ ਮੇਰੇ ਵੀਰੋ ਪੋਸੀਆਂ ਕਹਿੰਦੇ ਮੰਨਾ ਵੀ ਮੁੰਡਾ ਮੋਢੇ ਉੱਤੇ ਪੀਪੀ ਲਿਖਾਈ ਫਿਰਦਾ ਮੁੰਡਾ ਮੋਢੇ ਉੱਤੇ ਪੀਪੀ ਲਿਖਾਈ ਫਿਰਦਾ ਪਿਛਲੇ ਦਿਨਾਂ ਦੇ ਵਿੱਚ ਜਿੱਤ ਰਹੀ ਟੀਮ ਜੋਧਪੁਰ ਪਾਖਰਾਂ ਦੇ ਮੇਲੇ ਤੋਂ ਤੇ ਮੰਨੇ ਨੇ ਕਹਿੰਦੇ ਮੋਬਾਇਲ ਫੋਨ ਜਿੱਤਿਆ ਮੁੰਡਾ ਤਿਆਰ ਬਰ ਤਿਆਰ ਹੈ ਜੁਗਲੂ ਐਪ ਦਾ ਧੰਨਵਾਦ ਹੈ ਲੋ ਦੇਖੋ ਸੁੱਤੀ ਹੋਈ ਬਾਲ ਰਣ ਇੱਕ ਦਾ ਜਿਹੜਾ ਵਾਧਾ ਹੋ ਚੁੱਕਿਆ ਮੇਰੇ ਵੀਰੋ ਪਟਾਲ ਦੀ ਕਹਿੰਦੇ ਬਾਲ ਹੈ ਟੋਂਗਵਾਲੀ ਦੀ ਪਹਿਲਾਂ ਬੈਟਿੰਗ ਹੋਵੇਗੀ ਪਟਾਲ ਤੇ ਟੋਂਗਵਾਲੀ ਦੀਆਂ ਟੀਮਾਂ ਦਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ ਤੇ ਦੂਜਾ ਸੈਮੀਫਾਈਨਲ ਮੈਚ ਸਿਰਸਾ ਵਰਸੀ ਜੇਤੂ ਟੀਮ ਨਾਲ ਹੋਵੇਗਾ ਅਗਲੀ ਬਾਲ ਕਹਿੰਦੇ ਮੁੰਡਾ ਜੀਵਨਪੁਰੀਆ ਬਾਂਗੋ ਫਿਰ ਤਿਆਰ ਬਰ ਤਿਆਰ ਹੈ ਤਕੜਾ ਮੈਚ ਆ ਦੋਨੋਂ ਟੀਮਾਂ ਦਾ ਅੱਡੀ ਚੋਟੀ ਦਾ ਜ਼ੋਰ ਹੈ ਚੌਥਾ ਕੁਆਟਰ ਫਾਈਨਲ ਹੈ ਖੇਡਿਆ ਹੋਇਆ ਯੋਰ ਖੇਲਾ ਵੀ ਕਹਿੰਦੇ ਤਾੜੀਆਂ ਮਾਰਿਆ ਖੇਲਾ ਵੀ ਕਹਿੰਦੇ ਤਾੜੀਆਂ ਮਾਰੀ ਜਾਂਦਾ ਹੈ ਖਾਲੀ ਬਾਈ ਠੀਕ ਹੈ ਕੋਈ ਗੱਲ ਨਹੀਂ ਦਿਮਾਗ ਦਾ ਬਾਲਾ ਬੋਲ ਦੋਨੋਂ ਬਣਾਵਣਾ ਬਣਾ ਦੇ ਦੀਆਂ ਇਹਦਾ ਪੂਰੀ ਵਿੱਚ ਮਾਰ ਮਾਰ ਨਹੀਂ ਦਾ ਦੋ ਚੱਕੇ ਹੋਈ ਆ ਤੋਂ ਪਿੱਛੇ ਵੀ ਨਹੀਂ ਬਣਾਉਣੀ ਜਾਣ ਲੱਗੇ ਵੀ ਲਾਜ ਵਾਲਾ ਕੋਈ ਗੱਲ ਨਹੀਂ ਸਹੀ ਹੈ ਬਾਰਾਂ ਤੇਰੇ ਆ ਗਏ ਕੋਈ ਗੱਲ ਨਹੀਂ ਕਿੰਨੇ ਸੀ 11 ਸੀ 11 ਸੀ 17 ਸੀ 23 ਠੀਕ ਹੈ ਠੀਕ ਹੈ ਤੜਾ ਬਾਈ ਲਾਜ ਬੋਲ ਬੰਗੋ ਫਿਰ ਬਾਲ ਪਾ ਰਹੇ ਆ ਮੇਰੇ ਵੀਰੋ ਸੁੱਟੀ ਹੋਈ ਬਾਲ ਦੇ ਅੰਦਰ ਨਾ ਖੇਡਿਆ ਹੋਇਆ ਸ਼ਾਟ ਵੀ ਫਰੀਦ ਦਾ ਖਾਕ ਨਾ ਨਿੰਦਗੀ ਖਾਕੋ ਜੇੜ ਨਾ ਕੋਈ
ਜੀਵਨ ਦੀਆਂ ਪੈਰਾਂ ਤਲੇ ਮੋਹਿਆਂ ਉੱਪਰ ਹੋਏ, ਮੋਹਿਆਂ ਉੱਪਰ ਹੋਏ। 26 ਰਨ ਹੋ ਚੁੱਕੇ ਆ 2 ਓਵਰਾਂ ਦੀ ਸਮਾਪਤੀ ਤੇ, 26 ਸਕੋਰ ਹੋ ਚੁੱਕੇ ਹੈ। ਆਹ ਬੱਲੋ ਕੇ ਪਿੰਡ ਦਾ ਲੁਧਿਆਣੇ ਦੇ ਬਿਲਕੁਲ ਲਾਗੇ ਕਰਕੇ ਕਹਿੰਦੇ ਬੱਲੋ ਕੇ ਪਿੰਡਾਂ ਤੇ ਦਮਾਨ ਹੈ। 26 ਰਨ ਹੋ ਗਿਆ ਸਵਰਨਾ, ਹਾਂਜੀ 26 ਹਾਰ ਗਈ ਬਾਈ। ਦਮਾਨ ਬੱਲੋ ਕੇ ਦੀ ਧਰਤੀ ਦਾ ਇੱਕ ਜ਼ਿਲ੍ਹੇ ਬਰਨਾਲੇ ਦਾ ਬੱਲੋ ਕੇ ਪਿੰਡ ਹੈ, ਸਿਰਸਾ ਸਿਟੀ ਹੈ ਵੀਰੇ। ਸਵਰਨ ਸਿੰਘ MBA NBA ਦੇ ਵਿੱਚ ਭਰਤੀ ਹੋਇਆ, ਬਾਸਕਟ ਦੀ ਵੱਡੀ ਐਸੋਸੀਏਸ਼ਨ NBA ਮੇਰੇ ਵੀਰੋ। ਤੇ ਕਹਿੰਦੇ ਸਵਰਨ ਸਿੰਘ 11 ਇੰਡੀਆ ਦਾ ਪਹਿਲਾ ਬਾਸਕਟਬਾਲ ਦਾ ਖਿਡਾਰੀ ਬਣਿਆ ਤੇ ਗੱਲਾਂ ਚੱਲੀਆਂ। ਪਰ ਇਹ ਬੱਲੋ ਕੇ ਪਿੰਡ ਦਾ, ਇਹਦਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ। ਵੀ ਹੋਇਆ ਕਿ ਜੇ ਕੁੜੀ ਇੱਥੋਂ ਦਿੱਲੀ ਸ਼ਹਿਰ ਦੀ, ਮੇਰੀ ਜੱਟ ਲੁਧਿਆਣੇ ਦਾ, ਬੇਕਾਬੂ ਹੈ ਭੀੜ, ਇੱਥੇ ਬੇਕਾਬੂ ਹੈ ਲਾਣਾ, ਨਾਮ ਬਦਲ ਕੇ ਲੁਧਿਆਣੇ ਦਾ ਰੱਖ ਦੋ ਆਟੋ ਖਾਨਾ, ਪੈਰ ਪੈਰ ਤੇ ਠੇਕਾ, ਇੱਥੇ ਪੈਰ ਪੈਰ ਤੇ ਥਾਣਾ, ਨਾ ਚਾਹੁੰਦੇ ਹੋਏ ਵੀ ਬੰਦਾ ਕਹਿੰਦਾ ਮੈਂ ਪੀ ਕੇ ਹੈ ਜਾਣਾ ਹੈ, ਰੰਗ ਦੀ ਤਪਦੀ ਤੂੰ ਵੀ ਕਦੇ ਤਖ਼ਤ ਉੱਪਰੇ ਉੱਤਰ ਜਾਣਾ ਹੈ, ਚਿੱਬੜਾਂ ਦੀ ਚਟਨੀ ਨਾਲ ਯਾਰ ਖਵਾਉਣਗੇ ਤੈਨੂੰ ਦੁਪਹਿਰ ਦਾ ਖਾਣਾ ਹੈ, ਰੰਗ ਦੀ ਤਪਦੀ ਤੂੰ ਵੀ ਭੈਣੀ ਬਹਿ ਕੇ ਉੱਤਰ ਜਾਣਾ ਹੈ, ਚਿੱਬੜਾਂ ਦੀ ਚਟਨੀ ਨਾਲ ਯਾਰ ਖਵਾਉਣਗੇ ਤੈਨੂੰ ਦੁਪਹਿਰ ਦਾ ਖਾਣਾ ਹੈ, ਕਦੇ ਗੱਲਾਂ ਚੱਲੀਆਂ। ਤੇ ਲੁਧਿਆਣੇ ਵਾਲਾ ਇਹ ਹੈ ਕਹਿੰਦੇ ਬੱਲੋ ਕੇ ਪਿੰਡ ਦਾ ਸਵਾਰ ਰਾਜਪੂਤ ਪਰਿਵਾਰ ਦਾ ਇੱਕ ਜਾਮਾ ਜਿੱਤਿਆ ਤੇ ਇੱਕ ਪੈਸ਼ਨ ਮੋਟਰਸਾਈਕਲ ਜਿੱਤਿਆ। ਇਹ ਹੈ ਕਹਿੰਦੇ ਬੱਲੋ ਕੇ ਦਾ ਤਬਾਨ ਆ ਗਿਆ ਗਿੱਲ ਪਰਿਵਾਰ ਦਾ ਮਨਪ੍ਰੀਤ ਸਿੰਘ। ਦੇਖੋ ਅਗਲੀ ਬਾਲ ਫਿਰ ਸੈਮੀ ਦੇ ਵਿੱਚ ਗੱਲਾਂ ਚੱਲ ਰਹੀਆਂ। ਦੇਖੋ ਮੰਨਾ ਤਿਆਰ ਹੈ ਮੇਰੇ ਪੰਜਾਬੀ ਵੀਰੋ, ਉੱਧਰ ਗੋਰਾ ਕਹਿੰਦਾ ਹਰ ਇੱਕ ਛੱਕੇ ਦਾ 500 ਦਿੱਤਾ ਜਾਓ, ਜਿੰਨੇ ਮੰਨੇ ਦੇ ਛੱਕੇ ਹੋਣੇ 500 ਦੇ ਨੋਟ ਹੋਣੇ ਆ। ਇਹਦੀ ਯਾਰੀ ਕਹਿੰਦੇ 2.5 ਰੁਪਏ ਦੇ ਸੱਤੀ ਦੇ ਨਾਲ ਹੈ, ਜਾਲਪੁਰੇ ਦੇ ਘੋੜੀ ਦੇ ਨਾਲ ਹੈ, ਤੇ ਗੱਲਾਂ ਹੁੰਦੀਆਂ ਮੰਨੇ ਦੀਆਂ। ਇਹ ਹੈ ਕਹਿੰਦੇ ਜਾਲਪੁਰੇ ਵਾਲੇ ਘੋੜੀ ਦਾ ਯਾਰ, ਸੱਤੀ 2.5 ਰੁਪਏ ਦਾ ਯਾਰ, ਗੋਰੇ ਬੂਸਰ ਦਾ ਯਾਰ, ਮਾਰ ਕੋਟੜੇ ਕੋੜੇ ਦਾ ਯਾਰ, ਕਹਿੰਦੇ ਮੰਨਾ ਬਾਰੇਵਾਲੀ ਦੀ ਧਰਤੀ ਦਾ, ਦਵਾਨ ਬੱਲੋ ਕੇ ਵਾਲਾ। ਇਹ ਹੈ ਕਹਿੰਦੇ ਲੁਧਿਆਣੇ ਵਾਲੇ ਘੁੱਦੀ ਦਾ ਯਾਰ, ਫਿਰ ਮੈਦਾਨ ਦੇ ਅੰਦਰ ਤਿਆਰ ਬਰ ਤਿਆਰ ਹੈ ਮੇਰੇ ਵੀਰੋ। ਐਨ ਕੁਆਟਰ ਫਾਈਨਲ ਮੈਚ ਹੈ, ਟੱਕਰ ਬੱਬਰ ਸ਼ੇਰਾਂ ਦੀ ਹੈ, 2 ਕ੍ਰਿਕਟ ਦੇ ਮਹਾਰਥੀ ਐਨ ਖੇਡ ਮੈਦਾਨ ਦੇ ਅੰਦਰ ਤਿਆਰ ਹੈ। ਸੁੱਟੀ ਹੋਈ ਬਾਲ ਦੇ ਪਲੇਅਰ ਕਹਿੰਦੇ ਆਊਟ ਹੋ ਚੁੱਕੇ ਹੈ, ਬੈਟਸਮੈਨ ਕਹਿੰਦੇ ਆਊਟ ਹੋ ਚੁੱਕੇ ਹੈ। ਨੇੜੀਆਂ ਪਿੰਡ ਹੈ ਬਨੋਦ ਦਾ, ਨੇੜੀਆਂ ਪਿੰਡ ਆ ਸਰਸੇ ਦੇ ਲਾਗੇ ਕਰਕੇ ਬਨੋਦ ਆ ਗਿਆ ਨੇੜੀਏ ਵਾਲਾ। ਸਾਹਿਬ ਨੂੰ ਬੇਨਤੀ ਹੈ ਲੈਜੰਡਰ ਵਾਲੇ ਬੱਚਿਆਂ ਦੇ, ਸਾਹਿਬ ਭੱਜ ਕੇ ਦੌੜ ਕੇ ਤੇਜ਼ੀ ਦੇ ਨਾਲ, ਫੁਰਤੀ ਦੇ ਨਾਲ, ਚੁਸਤੀ ਦੇ ਨਾਲ। ਲੁਧਿਆਣ ਹੈ ਬੱਲੋ ਕੇ ਦੀ ਧਰਤੀ ਦਾ, ਸਾਹਮਣੇ ਨੇੜੀਏ ਵਾਲਾ ਕਹਿੰਦੇ ਫਿੱਟ ਹੋ ਕੇ ਖੜ ਗਿਆ, ਫਿੱਟ ਹੋ ਕੇ ਖੜ ਗਿਆ। ਆਹ ਮਾਸੀ ਦਾ ਪਤਾ ਕਿੱਥੇ ਪਾਉਣਾ, ਰੱਖੂ ਤੈਨੂੰ ਬਾਹਰ ਬਾਈ ਜੀ। ਪਿੱਚ ਮੁੰਡਾ ਨੇੜੀਏ ਵਾਲਾ ਹਰਿਆਣੇ ਵਾਲਾ ਹੈ, ਜਿਹੜੇ ਸਰਸੇ ਦਾ ਨੌਜਵਾਨ ਗੱਭਰੂ ਹੈ। ਗੱਲਾਂ ਹੁੰਦੀਆਂ ਕਾਰਤਿਕ ਦੇ ਨਾਲ, ਸਾਂਝੇ ਤੌਰ ਤੇ ਮੋਟਰਸਾਈਕਲ ਦਾ ਜੇਤੂ ਹੈ ਬਨੋਦ ਨੇੜੀਏ ਵਾਲਾ। ਇਹ ਆ ਬਨੋਦ ਨੇੜੀਏ ਦੀ ਧਰਤੀ ਦਾ, ਰਨ 6-6 ਤੇ 6 ਜੋੜਦਾ ਹੈ, ਐਨ ਕਹਿੰਦੇ ਰਨ 6 ਦਾ ਜਿਹੜਾ ਵਾਧਾ ਹੋ ਗਿਆ ਮੇਰੇ ਵੀਰ। ਕਰ ਦੋ ਬਈ ਸ਼ੇਅਰ ਯਾਰ। ਚਾਹ ਭੇਜ ਦਿਓ ਮੇਰੇ ਵਾਸਤੇ। ਅਗਲੀ ਬਾਲ ਫਿਰ ਖੇਡਾਂ ਵਾਲਾ ਸ਼ੋਰ ਦੇ ਫਲੀ ਕਹਿੰਦੇ ਫੀਲਡਰ ਮਜੂਦ, ਇੱਕ ਖਿਡਾਰੀ ਹੋਰ ਆਊਟ, ਸਾਰਿਆਂ ਪਲੇਅਰ ਆਊਟ ਹੋ ਗਿਆ, ਪਲੇਅਰ ਆਊਟ ਹੋ ਗਿਆ। ਸਮਾਂ ਬਹੁਤ ਹੋ ਚੁੱਕਿਆ ਸਵਰਨਾ, ਕਹਿੰਦਾ 3:48 ਹੋ ਗਿਆ ਤੇ ਸੈਮੀ ਪਿਆ, ਇੱਕ ਫਾਈਨਲ ਵੀ ਪਿਆ। ਘੋੜੀਏ ਵਾਲਾ ਮੰਗਾ ਵੀ ਭੁੱਜਣ ਵਾਲਾ ਜਿਹੜਾ ਕ੍ਰਿਕਟ ਦਾ ਕਹਿੰਦੇ ਸੱਚਾ ਸੁੱਚਾ ਪ੍ਰਮੋਟਰ ਹੈ ਮੇਰੀ ਵੀਰ। ਗੱਲਾਂ ਹੁੰਦੀਆਂ ਮੰਡੀਆਂ, ਦੇਖੋ ਇੱਕ ਖਿਡਾਰੀ ਹੋਰ ਆਊਟ ਹੋ ਗਿਆ। ਨਹੀਂ ਫਰੀਦਕੋਟੀਆਂ 7 ਗੇਂਦਾਂ ਰਹਿ ਗਈਆਂ, ਨੌਜਵਾਨ 7 ਗੇਂਦਾਂ ਰਹਿ ਗਿਆ,
ਰਣ ਬਣਾਉਣੇ ਪੈਣਗੇ, ਰਣ ਬਣਾਉਣੇ ਪੈਣਗੇ, ਫੇਰ ਜਾ ਕੇ ਗੱਲਾਂ ਟਿਕਾਣੇ ਲੱਗਣਗੀਆਂ, ਫੇਰ ਜਾ ਕੇ ਗੱਲਾਂ ਟਿਕਾਣੇ ਲੱਗਣਗੀਆਂ। ਖੇਡਾਂ ਸ਼ਹਿਰ ਦੇ ਕਸੂਰ ਦਾ ਕਿਹੜਾ ਹੋਰ ਵਾਧਾ ਹੋ ਚੁੱਕਿਆ ਹੈ। ਕੁੱਲ ਸਕੋਰ 34 ਹੋ ਗਿਆ ਹੈ, ਕੁੱਲ 34 ਹੋ ਗਿਆ 3 ਓਵਰਾਂ ਦੀ ਸਮਾਪਤੀ ਦੀ। ਲਾਸਟ ਓਵਰ ਕਿਹਨੇ ਕਰਨਾ, ਛੋਟੇ ਮੋਨੋ ਮਨਚੂਰੀਅਨ ਨੇ, ਲਾਰੇ ਨੇ ਜਾਂ ਫਿਰ ਸਰਦਾਰ ਜੀ ਨੇ ਕਰਨਾ। ਲੈਵੀ ਦੱਸਿਆ ਛੋਟੇ ਮੁੰਡੇ ਦਾ ਕੀ ਨਾਂ ਹੈ, ਸ਼ਨੀ ਹੈ, ਸ਼ਨੀ ਹੈ। ਕਹਿੰਦੇ ਜੋਧਾਂ ਦੀ ਧਰਤੀ ਦਾ ਸਰਾਭੇ ਦੇ ਏਰੀਏ ਦਾ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਜਨਮ ਭੋਈ ਕਹਿੰਦੇ ਸਰਾਭਾ, ਉਹਦੇ ਲਾਗੇ ਪਿੰਡ ਆ ਕਹਿੰਦੇ ਜੋਧਾ, ਜਿੱਥੋਂ ਦੇ ਧਰਨੇਬਾਈ ਦੀਆਂ ਗੱਲਾਂ ਹੋਈਆਂ, ਮੋਹਣੇ ਉਹਨਾਂ ਦੀਆਂ, ਕਿੰਦੀ ਉਹਨਾਂ ਦੀਆਂ, ਮੰਦਰ ਉਹਨਾਂ ਦੀਆਂ ਗੱਲਾਂ ਹੁੰਦੀਆਂ। ਇਹ ਹੈ ਕਹਿੰਦੇ ਨੌਈਆਂ ਨੇ ਸ਼ਨੀ ਯੋਧਾ ਵਾਲਾ ਮੇਰੇ ਵੀਰੋ ਇਉਂ ਭੁਲੇਖਾ ਪੈਂਦਾ ਜਿਵੇਂ ਮੋਨੋ ਮਨਚੂਰੀਅਨ ਬਾਲ ਪਾਉਂਦਾ ਹੋਏ। ਇਹ ਛੋਟਾ ਮੋਨੋ ਹੈ ਬਾਲ ਪਾਉਣ ਦੇ ਲਈ ਤਿਆਰ, ਸ਼ਨੀ ਹੈ ਮੇਰੇ ਵੀਰੋ। ਇੱਕ ਬੰਦਾ ਕਹਿੰਦਾ ਮਸੀਤਾ ਵਾਲਿਆ, ਇਹ ਗੱਲ ਵੀ ਪੱਕੀ ਹੈ, ਇੱਕ ਬੰਦਾ ਕੰਨ ਜੇ ਚੱਕ ਲੈਂਦਾ ਹੈ। ਲੋ ਦੇਖੋ ਬਾਲ ਪਾਉਣ ਦੇ ਲਈ ਗੱਭਰੂ ਤਿਆਰ ਵੀ, ਜਿਹੜਾ ਤੀਰ ਨਿਸ਼ਾਨ ਦੇ ਖੁੰਝ ਜੇ ਉਕਾ ਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਜੇ ਬਾਹਰ। ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨੀ ਰਹਿੰਦੇ ਗੁੱਜੇ, ਥੱਲੂ ਕੌਣ ਤੂਫਾਨਾਂ ਨੂੰ, ਸਾਗਰ ਵਿੱਚ ਨੀ ਪੈਂਦੇ ਕੁੱਜੇ, ਥੱਲੂ ਕੌਣ ਤੂਫਾਨਾਂ ਨੂੰ, ਸਾਗਰ ਵਿੱਚ ਨੀ ਪੈਂਦੇ ਕੁੱਜੇ। ਅੰਬਰ ਕਹਿੰਦਾ ਖੜੋ ਸਹਿਜ, ਪੰਜ ਰਹਿੰਦੀਆਂ ਮੈਂ ਤਿੰਨ ਟਪਾ ਦੇਣੀਆਂ, ਖੜੋ ਸਹਿਜ, ਪੰਜ ਰਹਿੰਦੀਆਂ ਮੈਂ ਤਿੰਨ ਟਪਾ ਦੇਣੀਆਂ। ਕੈਚਰ ਸਾਹਿਬ ਜੀ ਵੀ ਤੁਰੇ ਫਿਰਦੇ ਆ, ਇੱਕ ਬਾਲਾ ਜੀਤਾ ਵੀ ਪੱਤੋ ਦੇ ਵਿੱਚ ਪ੍ਰੋਪਰ ਗਿੱਟ ਪਾਈ ਹੋਣੀ ਹੈ, ਕਹਿੰਦੀ ਕੈਚਰ ਸਾਹਿਬ ਜੀ ਪੱਤੋ ਚ ਪ੍ਰੋਪਰ ਗਿੱਟ ਹੋਣੀ ਹੈ ਨਾ। ਤਕੜੀ ਬਾਲ, ਇਹ ਕਹਿੰਦੇ ਜੋਧਾ ਦੀ ਟੀਮ ਜਿਹੜੀ ਕਹਿੰਦੀ ਸ਼ੀਪੇ ਹੋਣਾ ਦੇ ਟੂਰਨਾਮੈਂਟ ਦੀ, ਸੁਖਦੀਪ ਹੋਣਾ ਦੇ ਟੂਰਨਾਮੈਂਟ ਦੀ ਜੇਤੂ ਰਹੀ ਆ 27 ਤਰੀਕ ਨੂੰ ਤਾਨਗੜ੍ਹ ਦੇ ਮੇਲੇ ਦੀ। ਲੋ ਬੱਲੇ 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 ਨੋ ਬਾਲ, ਨੋ ਬਾਲ, ਰਨ 6, ਨੋ ਬਾਲ, ਬਹੁਤ ਕੁਛ ਬਣੂਗਾ ਫਿਰ ਤਾਂ, ਨੋ ਬਾਲ ਤੇ ਰਨ 6। ਥੋੜੀ ਜਲਦੀ ਕਰੀਏ, ਕਰ ਦੋ ਸ਼ੇਅਰ ਤੁਸੀਂ ਵੀ ਸਾਰੇ, ਜਲਦੀ ਕਰੀਏ ਮੇਰੇ, ਨੋ ਬੋਲ ਨਾ ਕਰੋ ਵੀਰ ਬਣ ਕੇ ਸ਼ਾਬਾਸ਼, ਤੇ ਬਾ ਖੜ ਜਾ, ਇੱਕ ਬੋਲ ਹੋਰ ਸਿਲੈਕਟ ਕਰ ਲੈ ਨਾਲ ਦੇ ਨਾਲ ਯਾਰ, ਤੁੰਗਾਲੀ ਵਾਲੇ ਥੋੜੀ ਬੈਟਿੰਗਾਂ ਵੀਰੇ ਪਹਿਲਾਂ ਤੇ ਪਟਾਲ ਦੀ ਪਹਿਲਾਂ ਬਾਲ ਹੋਵੇਗੀ, ਇਹ ਵੀ ਟੀਮਾਂ ਰਹਿਣਗੀਆਂ ਤਿਆਰ। ਟੰਗਾਲੀ ਤੇ ਪਟਾਲ ਦੋਨਾਂ ਟੀਮਾਂ ਦਾ ਪਹਿਲਾ ਸੈਮੀਫਾਈਨਲ ਮੈਚ, ਭੈਣੀ ਬਾਗੇ ਦੇ ਕ੍ਰਿਕਟ ਟੂਰਨਾਮੈਂਟ ਦਾ ਹੋਵੇਗਾ। ਕੌਣ ਮਰੂਤੀ ਜਿੱਤ ਕੇ ਲੈ ਕੇ ਜਾਊ ਤੇ ਕੌਣ ਬਾਸ਼ੀ ਮਸ਼ੀਨਾਂ ਤੇ ਸਫ਼ਰ ਕਰਦਾ ਹੈ, ਕਿਹਨੇ 31 ਹਾਰ ਜਿੱਤਣਾ ਤੇ ਕਿਹਨੇ 17 ਹਾਰ ਜਿੱਤਣਾ ਤੇ ਕਿਹਨੇ 21 ਸਾਲ ਤੇ ਸਫ਼ਰ ਕਰਨਾ ਹੈ, ਇਹ ਤਾਂ ਸਮੇਂ ਦੀਆਂ ਗੱਲਾਂ ਤੇ ਸਮੇਂ ਸਮਰੱਥਾ ਮੇਰੇ ਪੰਜਾਬੀ ਵੀਰੋ। ਬਾਲ ਜਿਹੜੀ ਬਾਹਰ ਹੋ ਚੁੱਕੀ ਹੈ, ਇੱਕ ਸਕੋਰ ਜਿਹੜਾ ਹੋਰ ਜੁੜ ਚੁੱਕਿਆ ਹੈ, ਇਹ ਹੈ ਕਹਿੰਦੇ ਜੁਰੂ ਕ੍ਰਿਕਟ ਕੱਪ। ਅੱਜ ਉਹ ਧਰਤੀ ਹੈ ਭਾਗਾਂ ਵਾਲੀ ਮੇਰੇ ਵੀਰੋ, ਵੱਡੇ ਮੱਲ ਪੁੱਜੇ ਹੋਏ ਆ ਕ੍ਰਿਕਟ ਦੀ ਖੇਡ ਦੇ, ਤੇ ਮੁੰਡਾ ਸ਼ਨੀ ਬਾਲ ਪਾ ਰਿਹਾ ਹੈ, ਛੁੱਟੀ ਹੋਈ ਬਾਲ 6 ਦੇ 6 ਦਾ ਜਿਹੜਾ ਵਾਧਾ ਹੋ ਗਿਆ ਵਾਧਾ, ਰਨ 6 ਦਾ ਵਾਧਾ ਹੋ ਗਿਆ ਮੇਰੇ ਵੀਰੋ। ਸਵਰਨਾ ਕੀ ਕਰੀ ਜਾਂਦਾ, ਫਸਟ ਇਨਿੰਗ ਹੈ ਬਈ, 4 ਬਾਲਾਂ ਹੋ ਗਈਆਂ, 48 ਹੋ ਗਿਆ ਮੇਰੇ ਵੀਰੋ, 48 ਬਾਲਾਂ ਦੇ ਦਿਆ ਕਰੋ ਜਿਹਦੀ ਡਿਊਟੀ ਹੈਗੀ ਹੈ। 48 54 60 ਦੋਸ਼ ਖੇਲਾ ਵੀ ਪੁੱਜਿਆ ਹੋਇਆ, ਨਵੀ ਬੜਾ ਵੀ ਧੰਨਵਾਦ ਹੈ, ਦੀਪੂ ਵੀ ਆਇਆ, ਲੱਡੂ ਵੀ ਕਹਿੰਦੇ ਹੁਰਿਆ 6 ਆਉਣ ਵਾਲੀ ਆ ਅੰਬਰ,
ਇਹ ਕਹਿੰਦਾ ਮੇਰੀ ਵੀ ਇੱਕ ਰੀਝ ਹੈ ਵੀ ਗੱਡੀ ਜਿੱਤ ਕੇ ਲੈ ਕੇ ਜਾਣੀ ਹੈ, ਵੀ ਗੱਡੀ ਜਿੱਤ ਕੇ ਲੈ ਕੇ ਜਾਣੀ ਹੈ। ਅੱਜ ਕੌਣ ਫੇਸਬੁੱਕ ਤੇ ਪਾਉ ਵੀ ਇੱਕ ਰੀਝ ਪੁਰਾਣੀ ਮਿੱਤਰਾਂ ਦੀ, ਇੱਕ ਰੀਝ ਪੁਰਾਣੀ ਮਿੱਤਰਾਂ ਦੀ, ਅੱਜ ਕਿਹਦੀ ਰੀਝ ਆ ਜਿਹੜੀ ਹੋਵੇਗੀ ਮੇਰੇ ਪੰਜਾਬੀ ਵੀਰੋ। ਗੱਲਾਂ ਚੱਲ ਰਹੀਆਂ ਲੋ ਦੇਖੋ, ਬੱਲੇ 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 54 ਸਕੋਰ, 55 ਰਨਾਂ ਦਾ ਟਾਰਗੇਟ ਜਿਹੜਾ ਸੈੱਟ ਹੋਇਆ, 54 ਰਨਾਂ ਦੇ 55 ਰਨਾਂ ਦਾ ਟਾਰਗੇਟ ਸੈੱਟ ਹੋਇਆ। ਵੀਰੇ ਬੈਠ ਜਾਂਦੀ ਯਾਰ ਮਾੜੇ ਮੰਨੇ ਵੀਰ ਜੀ, ਜਲਦੀ ਕਰੀਏ ਆਪਾਂ। ਇੱਕ ਤਾਂ ਜਦੋਂ ਮੰਨੇ ਨੂੰ ਪੀਰ ਜੀ ਕਹਿ ਦਈਏ ਨਾ ਨਾਲ, ਫਿਰ ਭਵਾਨੀਆਂ ਨੂੰ ਐਂ ਲੱਗਦਾ ਵੀ ਪਤਾ ਨੀ ਕਿਹਨੇ ਬੁਲਾ ਲਿਆ। ਮੰਨੇ ਵੀਰੇ ਜਲਦੀ ਕਰੀਏ ਆਪਾਂ। ਮਨੀ ਵੀਰਾ ਵੀ ਬੈਠਾ ਸਾਡਾ ਹੈ ਮਸੀਤਾਂ ਵਾਲਾ, ਮਨੋਜ ਵੀ ਪੁੱਜਿਆ ਹੋਇਆ ਮਾਨ ਬੀਬੜੀਆਂ ਵਾਲਾ ਹੈ, ਜਿਹਦੀ ਕਹਿੰਦੇ ਇਸ ਏਰੀਏ ਦੇ ਵਿੱਚ ਬੜੀ ਚੜ੍ਹਤ ਹੈ, ਬੜੀ ਚੜ੍ਹਤ ਹੈ ਮੇਰੀ ਵੀਰ। ਉਹਦਾ ਵੀ ਧੰਨਵਾਦ ਹੈ। ਚਾਰ ਓਵਰ ਹੈ ਬਾਈ, ਮਨੋਜ ਨੂੰ ਵੀ ਅੱਜ ਕਹਿੰਦੇ ਚਾਂਦੀ ਦਾ ਕੜਾ ਪਾਇਆ ਜਾਣਾ ਮੇਰੇ ਵੀਰੋ। ਅਮਨਾ ਸਾਡਾ ਵੀਰ ਕਹਿੰਦਾ ਮਨੋਜ ਦਾ ਅੱਜ ਚਾਂਦੀ ਦੇ ਕੜੇ ਦੇ ਨਾਲ ਮਾਨ ਸਨਮਾਨ ਕਰਨਾ ਹੈ। ਇਸ ਏਰੀਏ ਦੇ ਵਿੱਚ ਕਦੇ ਸਗਨ ਖੋਖਰ ਦੀਆਂ ਗੱਲਾਂ ਚੱਲੀਆਂ ਹੈ, ਜਿਹੜਾ ਗੀਤ ਵੀ ਪਿੱਛੇ ਜੇ ਬੜੀ ਪ੍ਰਸਿੱਧ ਹੋਇਆ ਹੈ, ਤੇ ਕਮੈਂਟਰੀ ਵੀ ਕਹਿੰਦੇ ਜਿਹਨੇ ਸਿਰੋ ਦੀ ਕੀਤੀ ਹੈ ਕਬੱਡੀ ਦੀ, ਪਰ ਗੱਲਾਂ ਕ੍ਰਿਕਟ ਦੇ ਵਿੱਚ ਕਹਿੰਦੇ ਮਾਨ ਬੀਬੜੀਆਂ ਦੀ ਮਨੋਜ ਦੀਆਂ ਚੱਲਦੀਆਂ ਹੈ। ਖੇਡ ਮੈਦਾਨ ਦੇ ਅੰਦਰ ਦੂਜੀ ਇਨਿੰਗ ਲੈ ਵੀ ਫੜ ਰਿਹਾ, ਜਲਦੀ ਸ਼ੁਰੂ ਕਰ ਦਈਏ ਜੱਗਾ ਸਾਹਿਬ ਜੀ, ਆਪਾਂ ਜਲਦੀ ਕਰੀਏ ਪੁੱਤਰੀ। ਅਗਲਾ ਮੈਚ ਤੁਹਾਡਾ ਭਾਜੀ, ਬੈਟਸਮੈਨ ਆਓ ਜੀ, ਕਿਹੜਾ ਜੱਗਾ ਫਿੱਟਾਂ ਗੱਡੀਆਂ ਹੁਣ, ਪਰ ਐਨ ਲੈਣ ਤੇ ਆ ਗਈ ਹੁਣ ਆਉਣ ਗੱਡੀ, ਜਮਾਂ ਸੈੱਟ ਹੋ ਗਈ ਹੈ। ਜਗਵੀਰ ਸਿੰਘ ਆਓ ਭੱਜ ਕੇ ਬੰਗੋ ਲੱਗੀ ਚੋਬਾ ਜੀ, ਲੈਕੰਬੇਰ ਕੋਲ ਪਲੇਅਰ ਪੁੱਜਦਾ ਹੋ ਜੀ ਇੱਕ, ਮੇਰੀ ਬੇਨਤੀ ਹੈ ਜੱਸਾ ਵੀ ਪੁੱਜਿਆ ਆ ਚੋਬਾ ਵਾਲਾ। ਲੁਧਿਆਣੇ ਜ਼ਿਲ੍ਹੇ ਦੀ ਟੱਕਰ ਕਹਿੰਦੇ ਬਠਿੰਡੇ ਦੇ ਨਾਲ ਹੈ, ਕਦੇ ਗੀਤਾਂ ਦੇ ਵਿੱਚ ਗੱਲਾਂ ਚੱਲੀਆਂ ਨੀ, ਹੁਣ ਕਿਸੇ ਗੱਲੋਂ ਨਾ ਬਠਿੰਡਾ ਘੱਟ ਰਹਿ ਗਿਆ, ਤੇਰੇ ਲੁਧਿਆਣੇ ਸ਼ਹਿਰ ਤੋਂ ਕਿਸੇ ਗੱਲੋਂ ਨਾ ਬਠਿੰਡਾ ਘੱਟ ਰਹਿ ਗਿਆ ਹੈ, ਤੇਰੇ ਲੁਧਿਆਣੇ ਸ਼ਹਿਰ ਤੋਂ ਲੁਧਿਆਣੇ ਜ਼ਿਲ੍ਹੇ ਦੀ ਟੱਕਰ ਕਹਿੰਦੇ ਬਠਿੰਡੇ ਦੇ ਨਾਲ ਹੈ ਮੇਰੇ ਪੰਜਾਬੀ ਵੀਰੋ। ਦੋ ਚ ਕੋਟੀ ਦੀਆਂ ਟੀਮਾਂ ਖੇਡ ਰਹੀਆਂ, ਰਨ ਬਣਾਉਣੀਆਂ ਗੇ 55, ਬੋਲਾਂ ਕਹਿੰਦੇ 24, ਪਹਿਲੇ ਓਵਰ ਦੀ ਸ਼ੁਰੂਆਤ ਸਰਸੇ ਦੇ ਲਾਗੇ ਕਰਕੇ ਨੇੜਿਆ ਪਿੰਡ ਬਨੋਦ ਦਾ ਮੁੰਡਾ ਉੱਚ ਕੋਟੀ ਦਾ ਖਿਡਾਰੀ ਹੈ, ਕ੍ਰਿਕਟ ਦੀ ਖੇਡਦਾ ਹੈ ਉੱਚ ਕੋਟੀ ਦਾ। ਪਹਿਲੀ ਬਾਲ ਮੇਰੇ ਵੀਰੋ ਨੇੜੇ ਵਾਲਾ ਬਨੋਦ ਸਾਹਮਣੇ ਆ ਗਿਆ, ਕਹਿੰਦੇ ਜਾਦੂ ਫੜ ਬੜੇ ਮਾਰਦਾ, ਕੌਣ ਬੱਲੋਗੇ ਵਾਲਾ ਜਵਾਨ, ਵੀ ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਹਾਂ, ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਹਾਂ। ਖੇਡ ਮੈਦਾਨ ਦੇ ਅੰਦਰ ਗੱਭਰੂ ਕਹਿੰਦੇ ਤਿਆਰ ਹੈ ਮੇਰੇ ਵੀਰੋ। ਉਧਰ ਕਹਿੰਦੇ ਘੋੜੀਏ ਦਾ ਮੰਗਾ ਮੇਰੇ ਵੀਰੋ, ਕ੍ਰਿਕਟ ਦੀ ਖੇਡ ਦਾ ਸੱਚਾ ਸੁੱਚਾ ਪ੍ਰਮੋਟਰ ਹੈ, ਮੰਗੇ ਨੂੰ ਵੀ ਬੇਨਤੀ ਹੈ ਵੀ ਸਾਡਾ ਵੀਰ ਜਿਹੜਾ ਸਟੇਜ ਤੇ ਪੁੱਜਿਆ ਵੀ ਮੈਂ ਸੰਦੀਪ ਉਹਨਾਂ ਨੂੰ ਬੇਨਤੀ ਕਰਦਾ ਵੀ ਮੰਗੇ ਵੀਰੇ ਨੂੰ ਲੈ ਆਉਣ, ਮੰਗਾ ਵੀ ਪੁੱਜਿਆ ਹੋਇਆ ਸਾਡਾ ਘੋੜੀਏ ਵਾਲਾ ਸੱਚਾ ਸੁੱਚਾ ਪ੍ਰਮੋਟਰ ਹੈ, ਵਧੀਆ ਇਨਸਾਨ ਹੈ ਸਾਡੇ, ਕਹਿੰਦੇ ਡਾਇਰੈਕਟਰ ਵੀ ਹੈ ਮੰਗਾ, ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ। 14 ਤਰੀਕ ਨੂੰ ਮਸੀਤਾਂ ਵਾਲੇ ਨੂੰ ਕੂਲਰ ਦਿੱਤਾ ਜਾਓ, ਮੰਗੇ ਘੋੜੀਏ ਦੇ ਬਣ ਗਏ ਪੱਤੋ ਦੇ ਟੂਰਨਾਮੈਂਟ ਦੇ, ਘੋੜੀਏ ਵਾਲਾ ਮੰਗਾ ਬੜਾ ਵਧੀਆ ਇਨਸਾਨ, ਸਾਡੀ ਖੇਡ ਕ੍ਰਿਕਟ ਦਾ ਸੱਚਾ ਸੁੱਚਾ ਪ੍ਰਮੋਟਰ, ਸਾਡਾ ਵੀਰ ਵੀ ਪੁੱਜਿਆ ਹੋਇਆ, ਲੋ ਦੇਖੋ ਨੇੜੀਏ ਵਾਲਾ ਬਨੋਦ ਫਿਰ ਤਿਆਰ ਪਰ ਤਿਆਰ ਹੈ ਮੇਰੇ ਵੀਰੋ। ਅਰੇ
फसते ही है आउट हो ਮੰਗੇ ਵੀਰੇ ਨੂੰ ਬੇਨਤੀ ਹੈ ਵੀ ਆ ਜਾਓ ਜੀ ਘੋੜੀ ਵਾਲਾ ਜਿਹੜਾ ਸਟੇਜ ਤੇ ਕਦੇ ਗੀਤਾਂ ਦੇ ਵਿੱਚ ਵੀ ਗੱਲਾਂ ਚੱਲੀਆਂ ਵੀ ਐਡੀ ਕੀ ਤੂੰ ਜੈਲਦਾਰ ਨੀ ਤੇਰਾ ਡਿੱਗਿਆ ਰੁਮਾਲ ਫੜਾਈਏ ਐਡੀ ਕੀ ਤੂੰ ਜੈਲਦਾਰ ਨੀ ਗੀਤਾਂ ਦੇ ਵਿੱਚ ਵੀ ਗੱਲਾਂ ਚੱਲੀਆਂ ਖੇਡ ਮੈਦਾਨ ਦੇ ਅੰਦਰ ਦੇਖੋ ਕਹਿੰਦੇ ਨੇੜੀਏ ਵਾਲਾ ਦੇਰ ਦੇ ਥੱਲੇ ਡਿੱਗੀ ਦਾ ਕੀ ਆਪਣੇ ਦੱਸੀ ਯਾਰ ਡੈਡਾ ਜੀ ਡੈਡਾ ਦੂਜੀ ਡੈਡ ਜਿਹੜੀ ਨੋਹ ਹੋਵੇਗੀ ਸਵਰਨਾ ਹਾਂ ਜੀ ਜਿਹੜਾ ਦਿਨਾਂ ਧਿਆਨ ਤੁਸਾਂ ਬਹੁਤ ਵੱਡਾ ਧੰਨਵਾਦ ਆ ਸਵਰਨੇ ਹਾਸ ਦਾ ਸਾਡੀ ਜ਼ਿੰਦਗੀ ਦਾ ਬੜਾ ਪਿਆਰਾ ਜਿਹਾ ਵੀਰ ਹੈ ਬੜੀ ਨਖਰੇ ਆਵਾਜ਼ ਆ ਸਾਡਾ ਵੀਰ ਇਹਦਾ ਵੀ ਧੰਨਵਾਦ ਹੈ ਆਵੇ ਨੇਜੀਏ ਵਾਲੇ ਆ ਸਾਹਮਣੇ ਮੁੰਡਾ ਫਿੱਟ ਹੋਇਆ ਅੱਖਰ ਆਵੇ ਨੇਜੀਏ ਵਾਲੇ ਆ ਮੁੰਡਾ ਕਹਿੰਦੇ ਫਿੱਟ ਹੋਇਆ ਅੱਖਰ ਖੇਡ ਮੈਦਾਨ ਦੇ ਅੰਦਰ ਛੁੱਟੀ ਹੋਈ ਬਾਲ ਭੱਲੇ 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 ਰਲ ਕਹਿੰਦੇ ਛੇ ਵੀ ਬੱਲੇ ਬੱਲੇ ਹੁੰਦੀ ਰਹਿੰਦੀ ਗੱਭਰੂ ਤਰੇਰਾਂ ਦੀ ਹਜ਼ਾਰਾਂ ਲੱਖਾਂ ਵਿੱਚ ਵਿਕਦੀ ਕ੍ਰਿਕਟ ਬੱਬਰ ਸ਼ੇਰਾਂ ਦੀ ਹਜ਼ਾਰਾਂ ਲੱਖਾਂ ਵਿੱਚ ਵਿਕਦੀ ਕ੍ਰਿਕਟ ਬੱਬਰ ਸ਼ੇਰਾਂ ਦੀ ਅੱਜ ਕਾਸਕੋ ਕ੍ਰਿਕਟ ਦੀ ਖੇਡ ਹੈ ਵੱਡਾ ਕਰੇਜ ਹੈ ਦੁਨੀਆਂ ਨੂੰ ਇਸ ਖੇਡ ਦਾ ਮੇਰੇ ਵੀਰੋ ਰਣ ਛੇ ਜੁੜ ਗਏ ਆ ਮੈਚ ਜਲਦੀ ਸ਼ੁਰੂ ਰੱਖੀਏ ਦੋ ਪਈਆਂ ਕੁੱਲ ਮਿਲਾ ਕੇ 16 ਰਨ ਹੋ ਗਏ ਮੇਰੇ ਵੀਰੋ ਕੁੱਲ ਮਿਲਾ ਕੇ 16 ਸਕੋਰ ਹੋ ਗਏ ਹੈ ਇੱਧਰ ਵੇਖੋ ਖੇਡ ਮੈਦਾਨ ਦੇ ਅੰਦਰ ਕਹਿੰਦੀ ਆ ਗਈ ਬਾਲ ਨੇਜੀ ਵਾਲਾ ਕਰੋ ਤਿਆਰ ਹੈ ਖੇਡਿਆ ਹੋਇਆ ਸ਼ਾਟ ਹੈ ਰਨ ਕਹਿੰਦੇ ਫਿਰ ਜਿਹੜੇ ਚਾਰ ਹੈ ਰਨ ਫਿਰ ਜਿਹੜੇ ਚਾਰ ਜੁੜ ਚੁੱਕੇ ਹੈ 20 ਹੋ ਗਏ ਹੈ 55 ਦਾ ਟਾਰਗੇਟ ਹੈ ਬਾਈ ਮੇਰੇ ਵੀਰੋ ਬਾਲੇ ਵਾਲੀ ਵਾਲੋ ਤਿਆਰੀ ਖਿੱਚਣੀ ਪੈਣੀ ਹੈ ਜ਼ੋਰ ਲਾਉਣਾ ਪੈਣਾ ਵੀ ਭਰੂਗਾ ਉਡਾਰੀ ਖਿੱਚੀ ਬੈਠਾ ਇਹ ਤਿਆਰੀ ਸਦਾ ਤਾਣੀ ਅਲੜੇ ਚ ਰਹਿੰਦਾ ਪੰਛੀ ਸਦਾ ਤਾਣੀ ਅਲੜੇ ਚ ਰਹਿੰਦਾ ਪੰਛੀ ਛੱਬੀ ਹੋ ਗਏ ਹੈ ਛੱਬੀ ਹੋ ਗਿਆ ਤੇ ਤਿੰਨਾਂ ਚ 30 ਰਹਿ ਗਿਆ ਮੇਰੇ ਵੀਰੋ 3 ਓਵਰ ਰਨ 30 ਸਹਿਜ ਸੋਚਾਂ ਚ ਪੈ ਗਿਆ ਸਹਿਜ ਸੋਚਾਂ ਚ ਪੈ ਗਿਆ ਲੱਡੂ ਦੇਖ ਜਰਾ ਸਹਿਜ ਕਹਿੰਦੇ ਸੋਚਾਂ ਚ ਪੈ ਗਿਆ ਸਭ ਤੋਂ ਲੰਮਾ ਛੱਕਾ ਇਹ ਕਹਿੰਦੇ ਸਭ ਤੋਂ ਲੰਮਾ ਛੱਕਾ ਮੇਰੇ ਵੀਰੇ ਮੈਨੂੰ ਤਾਂ ਹੈ ਨੀ ਬਾਈ ਆਪਾਂ ਕਿਉਂ ਝੂਠ ਬੋਲੀਏ ਉਧਰ ਬਾਈ ਜੂੜੋ ਵੀ ਪੁੱਜਿਆ ਸਾਡਾ ਵੀਰ ਯੂਰੂ ਐਪ ਵਾਲਾ ਇੱਕ ਨੋ ਵੀ ਬਾਲ ਸੀ ਵਿੱਚ ਵੀਰੇ ਇੱਕ ਨੋ ਹਾਰ ਗਈ ਵੀਰੇ ਉਹ ਮੰਗਾ ਘੋੜੀਆ ਜੀ ਧੰਨਵਾਦ ਹੈ ਮੰਗੇ ਦਾ ਪੁੱਜਿਆ ਸਾਡਾ ਵੀਰ ਇੱਧਰ ਦੇਖੋ ਕਹਿੰਦੇ ਜੀਵਨ ਪ੍ਰੀਆ ਕਮਾਲ ਹੀ ਕਰਦਾ ਹੁੰਦਾ ਮੇਰੇ ਵੀਰੇ ਕਮਾਲ ਹੀ ਕਰਦਾ ਹੁੰਦਾ ਕਹਿੰਦੇ ਜੀਵਨ ਪ੍ਰੀਆ ਵਾਂਗੂ ਗੱਲਾਂ ਹੁੰਦੀਆਂ ਮੇਰੇ ਵੀਰੋ ਵਾਂਗੂ ਜੀਵਨ ਪ੍ਰੀਏ ਦੀਆਂ ਖੇਡ ਮੈਦਾਨ ਦੇ ਅੰਦਰ ਕਹਿੰਦੇ ਅੰਬਰ ਤਿਆਰ ਪਰ ਤਿਆਰ ਹੈ ਮੇਰੇ ਪੰਜਾਬੀ ਵੀਰੋ ਛੁੱਟੀ ਹੋਈ ਬਾਲ ਕਹਿੰਦੇ ਟਿਕਾਣੇ ਦੀ ਤੇ ਅੰਬੈਰ ਸਾਹਿਬ ਲੈਣਗੇ ਫੈਸਲਾ ਪਹਿਲਾ ਸੈਮੀ ਫਾਈਨਲ ਮੈਚ ਦੋਨੇ ਟੀਮਾਂ ਤਿਆਰ ਰਹਿਣਗੀਆਂ ਤੁੰਗ ਵਾਲੀ ਤੇ ਸਰਸੇ ਦੀਆਂ ਟੀਮਾਂ ਜਿਹੜੀਆਂ ਤਿਆਰ ਹੋ ਜਾਣ ਤੇ ਪਲੇਅਰ ਕਹਿੰਦੇ ਆਊਟ ਹੋ ਚੁੱਕੇ ਹੈ
ਫਿਰ ਕਹਿੰਦੇ ਆਡ ਜਿਹੜਾ ਹੋ ਚੁੱਕਿਆ ਮੇਰੇ ਵੀਰੋ ਗੋਲਡੀ ਦੇ ਸਾਰਦੇ ਨੇ ਕਹਿੰਦੇ ਬੜੇ ਸੋਚ ਸਮਝ ਕੇ ਫੈਸਲਾ ਲਿਆ ਹੈ ਵੀ ਪਲੇਅਰ ਜਿਹੜਾ ਆਊਟ ਹੋ ਚੁੱਕਿਆ ਡਰੇ ਵਾਲਾ ਨਾ ਕਵਰੂ ਆ ਗਿਆ ਕਹਿੰਦੇ ਕਰੀਤ ਇੱਧਰ ਜੂਨਾ ਬਾਈ ਦਾ ਭੰਮਿਆਂ ਵਾਲੇ ਦਾ ਧੰਨਵਾਦ ਹੈ ਜਿਹਨੇ ਕਹਿੰਦੇ ਜੁਗਲੂ ਐਪ ਹੈ ਤੇ ਸਾਡੇ ਵੀਰ ਦਾ ਬਹੁਤ ਵੱਡਾ ਧੰਨਵਾਦ ਹੈ ਯੁਗਨਾ ਵੀਰਾ ਵੀ ਪੁੱਜਿਆ ਹੈ ਅੰਬਰ ਕਹਿੰਦੇ ਫਿਰ ਬਾਲ ਪਾ ਰਿਹਾ ਜੋਧਾ ਵਾਲਾ ਫਿੱਟ ਹੋ ਕੇ ਖੜ ਗਿਆ ਮੇਰੇ ਵੀਰੋ ਜੋਧਾ ਵਾਲਾ ਕਹਿੰਦੇ ਹੋ ਕੇ ਫਿੱਟ ਖੜ ਗਿਆ ਖੇਡ ਗਰਾਊਂਡ ਦੇ ਅੰਦਰ ਨਹੀਂ ਬਈ ਸ਼ਹੀ ਕੀਤੀ ਮਨ ਲੱਗਦਾ ਯਾਰ 33 ਸਕੋਰ ਹੋ ਗਿਆ ਮੇਰੇ ਹੀਰੋ ਅੱਜ ਅਪਡੇਟ ਜੁਗਲੂ ਐਪ ਤੇ ਵੀ ਕੀਤੀ ਜਾ ਰਹੀ ਹੈ ਤੇ ਨੀਓ ਕਾਸਕੋ ਗ੍ਰੇਟ ਕਹਿੰਦੇ ਬੜਾ ਪੁਰਾਣਾ ਪੇਜ ਹੈ ਕ੍ਰਿਕਟ ਦੀ ਖੇਡ ਦਾ ਬੱਲੇ 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 ਅੰਬਰ ਹੁਣ ਅੰਬਰ ਵੀ ਕਹਿੰਦੇ ਕਾਰਤਿਕ ਨਾਲ ਉਹਦੇ ਕਾਲਾ ਪਟਾਲ ਵਾਲਾ ਤੇ ਨਾਲ ਹਰਮਨ ਧੂੜੀ ਤੇ ਨਾਲ ਆ ਕੇ ਬਹਿ ਗਿਆ ਕਹਿੰਦਾ ਥੋੜੀ ਜਿਹੀ ਸੀਟ ਦੇ ਦਿਓ ਡਰਾਈਵਰ ਸੀਟ ਦਾ ਵੀ ਛੜਾ ਲਓ ਥੋੜੀ ਜਿਹੀ ਸੀਟ ਦੇ ਦਿਓ ਗੱਡੀ ਦੀ ਡਰਾਈਵਰ ਸੀਟ ਦਾ ਕਹਿੰਦਾ ਛੜਾਈ ਲੈਣੀ ਹੈ ਦੋ ਤਿੰਨ ਨਹਿਰਾਂ ਦੇ ਤਾਰ ਦੇਣੇ ਹੈ ਜੇ ਆਹ ਬਾਲ ਤੇ ਵਿਗੜ ਲੈਂਦਾ ਅੰਬਰ 200 ਰੁਪਇਆ ਘੋੜੀ ਉਹਦੇ ਮੰਗੇ ਬਣੀਆਂ ਦਿੱਤਾ ਜਾਣਾ ਹੈ 200 ਰੁਪਇਆ ਘੋੜੀ ਉਹਦੇ ਮੰਗੇ ਬਣੀਆਂ ਦਿੱਤਾ ਜਾਣਾ ਹੈ ਦੇਖੋ ਅੰਬਰ ਕਹਿੰਦੇ ਸਵਾਦ ਹੀ ਕਰ ਗਿਆ ਖੇਡ ਮੈਦਾਨ ਦੇ ਅੰਦਰ ਤੇ ਲਾਰਾ ਹੈ ਗਿਆ ਮੇਰੇ ਵੀਰ ਲਾਰਾ ਇੱਕ ਕਹਿੰਦੇ ਭੈਣੀ ਬਾਗੇ ਵਾਲਾ ਵੀ ਆ ਸਾਡਾ ਵੀਰ ਜਿਹਦੀ ਸੁੱਖੇ ਦੇ ਨਾਲ ਯਾਰੀ ਹੈ ਪਰ ਖੇਡ ਮੈਦਾਨ ਦੇ ਅੰਦਰ ਲਾਰਾ ਹੈ ਇਹਦਾ ਕਹਿੰਦੇ ਜੋਧਾ ਪਿੰਡ ਹੈ ਜਿਹੜੇ ਲੁਧਿਆਣੇ ਦੇ ਜੋਧਾ ਪਿੰਡ ਦਾ ਲਾਰਾ ਐਨ ਤਿਆਰ ਪਰ ਤਿਆਰ ਹੈ ਅੰਬਰ ਕਹਿੰਦੇ ਫਿਰ ਤਿਆਰ ਹੈ ਮੇਰੇ ਵੀਰ ਅੰਬਰ ਫਿਰ ਤਿਆਰ ਹੈ ਛੁੱਟੀ ਹੋਈ ਬਾਲ ਕਹਿੰਦੇ ਬੜੇ ਟਕਾਣੇ ਦੀ ਬੜੀ ਟਕਾਣੇ ਦੀ ਬਾਲ ਪਾਈ ਹੈ ਕਬਰੂ ਨੇ ਦੋ ਹੁਣ ਥੋੜਾ ਹੌਸਲਾ ਤਾਂ ਜ਼ਰੂਰ ਹੋਇਆ ਹੈ ਬਾਲੇ ਵਾਲੀ ਦੀ ਟੀਮ ਨੂੰ ਵੀ ਜੋਧੇ ਰਨ ਜੂਝਦੇ ਬਾਂਦੇ ਤਲਵਾਰਾਂ ਗਾਢੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਿੱਤ ਦੀ ਖੁਸ਼ੀ ਮਨਾਈਏ ਨਾ ਹਾਰੋਂ ਡਰ ਗਏ ਮੰਦਾ ਬੋਲਣਾ ਬੋਲੀਏ ਕਰਤਾਰੋਂ ਡਰ ਗਏ ਮੰਦਾ ਬੋਲਣਾ ਬੋਲੀਏ ਕਰਤਾਰੋਂ ਡਰ ਗਏ ਉਹਦੇ ਜੂਝਦੇ ਹੈ ਉਹਦੀ ਸਮਾਪਤੀ ਹੈ ਚੌਂਤੀ ਸਕੋਰ ਹੋ ਗਏ ਆ ਤੇ ਬਾਰਾਂ ਚ ਇੱਕੀ ਰਹਿ ਗਏ ਮੇਰੇ ਵੀਰ ਬਾਰਾਂ ਚ ਇੱਕੀ ਰਹਿ ਗਿਆ ਹੁਣ ਕਿਹਦੀ ਗੱਡੀ ਦਾ ਬੈਕ ਗੇਅਰ ਪੈਂਦਾ ਹੈ ਆਹ ਬਾਰਾਂ ਬੱਲਾਂ ਦੱਸਣਗੇ ਮੇਰੇ ਵੀਰ ਕਿਹਦੀ ਗੱਡੀ ਕਹਿੰਦੇ ਚਰੂ ਸੜਕ ਦੇ ਆਹ ਬਾਰਾਂ ਬੱਲਾਂ ਚ ਪਤਾ ਲੱਗ ਜਾਣਾ ਹੈ ਬਾਰਾਂ ਬੱਲਾਂ ਇੱਕੀ ਸਕੋਰ ਗੱਡੀ ਦਾ ਬੈਕ ਗੇਅਰ ਕਿਹੜੀ ਦਾ ਪੈਂਦਾ ਹੈ ਪਤਾ ਲੱਗੂ ਮੇਰੇ ਵੀਰ ਮੰਨਾ ਆ ਗਿਆ ਬਾਲੇ ਵਾਲੀ ਦੀ ਧਰਤੀ ਦਾ ਵੀ ਮੰਨਿਆ ਜੇ ਉਮਰ ਤਕੜਾ ਲਾਤਾ ਹੈ ਮੈਂ ਜੋ ਤੇਰੇ ਵਾਲੇ ਪਾਸੇ ਆ ਜਾਣਾ ਘਬਰੋ ਆ ਲੋਕ ਮੰਨਾ ਬਾਲੇ ਵਾਲੀ ਦੀ ਧਰਤੀ ਦਾ ਮੇਰੀ ਵੀਰ ਲਾਰਾ ਜੋਧਾ ਵਾਲਾ ਬਾਰਾਂ ਬੱਲਾਂ ਰਨ ਇੱਕੀ ਮੈਚ ਹੁਣ ਕਹਿੰਦੇ ਸਿਰੇ ਦੀ ਹੋ ਗਿਆ ਮੇਰੀ ਵੀਰ ਹਿੰਮਤ ਮਰਦਾ ਮੱਦ ਦੇ ਖੁਦਾ ਹਿੰਮਤ ਮਰਦਾ ਤੇ ਮੱਦ ਦੇ ਖੁਦਾ ਗਿਆਰਾਂ ਚ ਰਹਿ ਗਏ ਇੱਕੀ ਮੇਰੇ ਵੀਰ ਲਾਰਾ ਵੀ ਕਹਿੰਦੇ ਤਿਆਰ ਹੈ ਮੰਨਾ ਵੀ ਕਹਿੰਦੇ ਤਿਆਰ ਹੈ ਮੇਰੇ ਵੀਰ ਦੋ ਕ੍ਰਿਕਟ ਦੇ ਮਹਾਰਥੀ ਹੈ ਖੇਡ ਮੈਦਾਨ ਦੇ ਅੰਦਰ ਟੱਕਰ ਬੱਬਰ ਸ਼ੇਰਾਂ ਦੀ ਹੈ ਖੇਡਾ ਗਿਆ ਸ਼ਾਟ ਅਤੇ ਇੱਕ ਸਕੋਰ ਦਾ ਹੋਰ ਵਾਧਾ ਹੋ ਚੁੱਕਿਆ ਆ ਗਿਆ ਤਵਾਨ ਬੱਲੋਗੇ ਦੀ ਧਰਤੀ ਦਾ ਇਹਦਾ ਬੱਲੋਗੇ ਪਿੰਡਾਂ ਦੇ ਰਾਜਪੂਤ ਪਰਿਵਾਰ ਦਾ ਘਬਰੋ ਹੈ ਦੋ ਮੋਟਰਸਾਈਕਲ ਵੀ ਜਿੱਤੇ ਹੋਏ ਹੈ ਬੜੀ ਚੜ੍ਹਤ ਹੈ ਪਰ ਮੰਨੇ ਦੀ ਵੀ ਕਹਿੰਦੇ ਚੜ੍ਹਤ ਹੈ ਮੰਨਾ ਕਹਿੰਦਾ ਇਲਾਕਾ ਸ਼ੇਰਾਂ ਦਾ ਲੁਧਿਆਣੇ ਵਾਲਿਓ ਇਹ ਇਲਾਕਾ ਸ਼ੇਰਾਂ ਦਾ ਇੱਧਰ ਦੇਖੋ ਕ੍ਰਿਕਟ ਦੇ ਮਹਾਰਥੀ ਖਿਡਾਰੀਆਂ ਦੀ ਗੱਲ ਹੈ ਫਿਰ ਕਹਿੰਦੇ ਰਾਜਪੂਤ ਪਰਿਵਾਰ ਦਾ ਦਵਾਨ ਤਿਆਰ ਬਰ ਤਿਆਰ ਉੱਧਰ ਦੇਖਾਂਗੇ ਮੰਨਾ ਬਾਲੇ ਵਾਲੀ ਦੀ ਧਰਤੀ ਦਾ ਬਾਲ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ
ਬਹੁਤ ਸੋਹਣੇ ਬਹੁਤ ਸੋਹਣੇ ਨੌ ਬੱਲਾਂ ਰਨ ਰਹਿ ਗਏ 20 ਰਨ ਰਹਿ ਗਏ 20 ਸਵਰਨਾ ਵੀ ਕਹਿੰਦੇ ਐਨ ਜ਼ੋਰ ਲਾਈ ਜਾਂਦਾ ਸਵਰਨਾ ਵੀ ਜ਼ੋਰ ਲਾਈ ਜਾਂਦਾ ਜ਼ੋਰ ਤੇ ਜਵਾਨੀ ਹੁੰਦੇ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਯਾਰ ਉਹ ਸਾਹਣਾ ਬੜਾ ਭੇੜ ਬਈ ਸਿਆਣੇ ਕਹਿੰਦੇ ਜ਼ੋਰ ਪਛਰਮ ਹੁੰਦਾ ਆਪਦੀ ਘਾਣੀ ਆਪ ਰਚ ਦਿੰਦਾ ਲੋ ਦੇਖੋ ਬੱਲੇ 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 ਰਨ ਇੱਕ ਦੋ ਤਿੰਨ ਤੇ ਚਾਰ ਇੱਕ ਦੋ ਤਿੰਨ ਤੇ ਚਾਰ ਇੱਕ ਦੋ ਤਿੰਨ ਤੇ ਚਾਰ ਰਹਿ ਗਏ 16 ਰਹਿ ਗਏ 16 ਅੱਠ ਬਾਲਾ 16 ਬੂਸਰ ਵੀ ਦੇਣਾ ਹੀਰਾ ਵੀ ਦੇਣਾ ਨਾਲ ਮਾਣ ਹੈ ਤੇ ਅੱਠਾਂ ਰਹਿ ਗਏ 16 ਚਾਹ ਪੀਣੀ ਹੈ ਬਾਈ ਵਿੱਕੀ ਨੂੰ ਬੇਨਤੀ ਹੈ ਵੀ ਉਹ ਵੀ ਸਿਰ ਤੇ ਪੁੱਜਾਵੇ ਸਾਡਾ ਵੀਰ ਜਿੱਥੇ ਵੀ ਮੇਰੀ ਬਾਲ ਸੁਣਦਾ ਵਿੱਕੀ ਪੁੱਜੇ ਦੇਖੋ ਅਗਲੀ ਬਾਲ ਫਿਰ ਮੰਨਾ ਬਾਵੇ ਮੰਨਿਆ ਤੇ ਬਾਲ ਕਹਿੰਦੇ ਫਿਰ ਗੁਰਦਾਰ ਕੋਲੇ ਗਈ ਹੈ ਇੱਕ ਸਕੋਰ ਹੋਰ ਜਿਹੜਾ ਜੁੜ ਚੁੱਕਿਆ ਆਹ ਬਾਲ ਤੇ ਸਾਰਾ ਮੈਚ ਖੜਾ ਹੈ ਸੱਤ ਬਾਲਾਂ ਰਹਿ ਗਏ 15 ਸੱਤ ਬਾਲਾਂ ਰਹਿ ਗਏ 15 ਹੋ ਰਹੀਆਂ ਬਾਈ ਅੰਪਾਇਰ ਕੋਲੇ ਸੱਤ ਬੱਲਾਂ 15 ਸਨ ਫਕਰ ਦੋਸਤਾਂ ਦੇ ਹੁਣ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਬਰਖੇ ਜਗ੍ਹਾ ਜਦੋਂ ਮੁਸੀਬਤ ਪੈਂਦੀ ਨਾ ਉਦੋਂ ਯਾਰ ਪਰਖੇ ਜਾਂਦੇ ਆ ਸੱਤਾਂ ਚ ਰਹਿ ਗਏ 15 ਮੇਰੇ ਵੀਰੋ ਫਿਰ ਗੱਲ ਔਖੀ ਹੋ ਜਾਣੀ ਬਾਲੇ ਵਾਲੀ ਵਾਲੋ ਜਵੀ ਲਾ ਰਿਹਾ ਘਰ ਦਾ ਪਰਮਾਤਮਾ ਨੂੰ ਯਾਦ ਵੀ ਕੰਨ ਸੂਰਮੇ ਦਾ ਮੂੰਹ ਤੇ ਜਖਮ ਖਾਣੇ ਕੰਨ ਸ਼ਹਿਰਾ ਉਸਨੂੰ ਗਾਬਰਾ ਜੀ ਕਾਦਰ ਯਾਰ ਵੀ ਯਾਦ ਰੱਖੇ ਖੁਦਾ ਨੂੰ ਜਿਹਨੇ ਅੰਤ ਸਮੇਂ 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 ਕਾ ਮਾਮਣਾ ਜੀ ਰਣ ਛੇ ਰਣ ਛੇ ਤੇ ਰਣ ਛੇ ਰਹਿ ਗਏ 9 9 ਰਹਿ ਗਏ ਹੈ ਛਿਆਲੀ ਹੋ ਗਿਆ ਤੇ 9 ਰਹਿ ਗਿਆ ਮੇਰੇ ਵੀਰ 9 ਸਕੋਰ ਤੇ ਹਾਂਜੀ ਬਾਈ ਕੀ ਦੱਸਾਂ ਲਈ ਕਰਵਾਲ ਜੇ 9 ਰੁਕੇ ਨਾ ਫਿਰ ਸਵਾਦ ਦੀ ਗੱਲ ਮੰਗਿਆ 18 ਕੁ ਸਾਲਾਂ ਦਾ ਮੁੰਡਾ ਵੀ ਚੜੀ ਜਵਾਨੀ ਤੇ ਚੰਨ ਚੜਿਆ ਕਦੇ ਨੀ ਗੁੱਜੇ ਰਹਿੰਦੇ ਹੁਸਨ ਹੱਥਾਂ ਤੇ ਮੁੱਲ ਨੀ ਵਿਕਦਾ ਇਹ ਗੱਲ ਦੁਨੀਆਂ ਵਾਲੇ ਕਹਿੰਦੇ ਕਿਸ ਦੇ ਹੱਥੀ ਕੀ ਲਿਖ ਦਿੰਦਾ ਉਹੀ ਜਾਣਦਾ ਆਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੀਜਾ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੀਜਾ ਮਾਪੇ ਗਰਲਾਲ ਨਾਇਨ ਗਬਰੂ ਕਹਿੰਦੇ ਬਾਲ ਪਾਵੇਗਾ 6 ਬਾਲਾਂ 9 ਸਕੋਰ ਬਾਕੀ ਹੈ ਮੈਚ ਜਿੱਤਣ ਦੀ ਲਈ ਛੇ ਬਾਲਾਂ 9 ਮੇਰੇ ਵੀਰੋ ਪਹਿਲੀ ਬਾਲ ਗੁਰਲਾਲ ਦੀ ਹਿਦਾਇਆ ਸ਼ਾਹ ਹੁਣ 5 ਚ ਰਹਿ ਗਏ 9 5 ਚ ਰਹਿ ਗਏ 9 ਹੁਣ ਦੇਖਦੇ ਹਾਂ ਵੀ ਤੇਜ ਬਾਲ ਗੱਲ ਕਿਹੋ ਜਿਹੀ ਕਰਦਾ ਵੀ ਬੰਦ ਬੰਦ ਕਟਵਾ ਕੇ ਖੜ ਗਏ ਵਿੱਚ ਬਜ਼ਾਰਾਂ ਦੇ ਪੰਥ ਖਾਲਸਾ ਪਲਿਆ ਏ ਛਾਵੇ ਤਲਵਾਰਾਂ ਦੇ ਕਿਉਂ ਕਰਦੀ ਤਰਪਾਈਆਂ ਉਤੜੇ ਕੈਚਾਂ ਨੂੰ 26 ਸਕੋਰ ਆਏ ਸੀ ਵੀਰੇ 26 ਤਖਤਾਂ ਤਾਜਾਂ ਨੂੰ ਸਿੰਘ ਮਾਰਦੇ ਫੁਕਰ ਤਖਤਾਂ ਤਾਜਾਂ ਨੂੰ ਨਾ ਫੜ ਨਾ ਫੜ ਕਮਰੀਏ ਉੜਦੇ ਬਾਜਾਂ ਨੂੰ ਸਿੰਘ ਮਾਰਦੇ ਫੁਕਰ ਤਖਤਾਂ ਤਾਜਾਂ ਨੂੰ 5 ਬਾਲਾਂ ਰਹਿ ਗਏ 9 ਹੁਣ ਮੈਚ 50% ਹੈ ਮੇਰੇ ਵੀਰੋ ਗਰਲਾਲ ਨੇ ਜੇ ਬਾਲ ਤਗੜੀ ਪਾਤੀ ਬਾਲੇ ਵਾਲੀ ਜਿੱਤ ਜਾਣੀ ਹੈ ਗਰਲਾਲ ਤੇਜ ਬਾਲ ਸਹਿੰਦੇ ਇੱਕ ਹਿੱਟ ਆ ਗਈ ਮੈਚ ਤੇਰੇ ਵਾਲੇ ਪਾਸੇ 4 ਚ ਰਹਿ ਗਏ 3 ਜੇ ਪਿੱਛੇ ਫਿਰਦੀ ਤੇ ਛੱਕਾ ਬੱਜੂ ਬੱਜੂ ਛੱਕਾ ਬੱਜੂ ਬੱਜੂ
ਇਹਦਾ ਆਵੇ ਪਰੀ ਆਪ ਹੀ ਘਸੜਾ ਮਾਰਦੇ ਗੁਰਨਾਰ ਸਿੰਘ ਪਿੱਛੇ ਬਾਲ ਪਾਈ ਦੇ ਛੱਕਾ ਬੱਜਿਆ ਚਾਰਾਂ ਚ ਰਹਿ ਗਏ ਤਿੰਨ ਚਾਰਾਂ ਚ ਰਹਿ ਗਏ ਤਿੰਨ ਅੱਜ ਜਿਹੜਾ ਨੌ ਅੰਕੜਾ ਨਾ ਜਿਹੜੇ ਹੈਗੇ ਆ ਨਾ ਕਿਤੇ ਨੌ ਤੋਂ ਦਾਣਾ ਖੇਡਦੇ ਨੇ ਇਹ ਵੀ ਗੱਲ ਹੋ ਸਕਦੀ ਹੈ ਵੀ ਅੱਜ ਨੌ ਨਾ ਜਿਹੜਾ ਉਹ ਅਰਦਾ ਬੜਾ ਮੇਰੇ ਵੀਰੋ ਤਿੰਨਾ ਚ ਤਿੰਨ ਤਿੰਨਾਂ ਚ ਤਿੰਨ ਤਿੰਨ ਬਾਲਾਂ ਤਿੰਨ ਰਹਿ ਗਏ ਮੈਚ ਹਜੇ ਵੀ ਬਾਕੀ ਹੈ ਮੇਰੇ ਵੀਰੋ ਹਜੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਲੱਜ ਜਵਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਗੱਭਰੂ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਉਹ ਦੇਖੋ ਭੱਲੇ 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 ਬੱਲੇ ਰਹਿ ਗਏ ਦੋਵਾਂ ਚ ਤਿੰਨ ਰਹਿ ਗਏ ਦੋਵਾਂ ਚ ਤਿੰਨ ਦੋ ਬਾਲਾਂ ਤਿੰਨ ਰਹਿ ਗਏ ਵੀਰੇ ਹੁਣ ਦੱਸੋ ਕੌਣ ਜਿੱਤੂ ਚੱਲ ਕੋਈ ਨੀਂ ਮੈਚ ਵਧੀਆ ਲੱਗਦਾ ਭੈਣੀ ਵਾਲੇ ਇੱਕ ਤਾੜੀ ਜ਼ੋਰਦਾਰ ਮਾਰ ਦੋ ਮੇਰੇ ਵੀਰ ਦੋ ਬਾਲਾਂ ਰਨ ਤਿੰਨ ਰਹਿ ਗਏ ਆ ਭੂਗੜੀ ਚ ਠੈਨੀ 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 ਪੰਜਾਂ ਦਾ ਠੁੱਲੂ ਬਣ ਗਈ ਹੈ ਪੰਜਾਂ ਦਾ ਠੁੱਲੂ ਬਣ ਗਈ ਹੈ ਦੇਖੋ ਜੱਸਾ ਆ ਗਿਆ ਵੀ ਜਿੱਥੇ ਮਈਆ ਪੱਪ ਧਰਦਾ ਉੱਥੇ ਉਗਦਾ ਸਰੋਂ ਦਾ ਬੂਟਾ ਮੈਂ ਅੱਗ ਲਾਉਣੀ ਮਹਿਲਾ ਨਾ ਕੁੰਡੀ ਯਾਰ ਦੀ ਸੁਰਗ ਦਾ ਝੂਟਾ ਦੋਵਾਂ ਚ ਤਿੰਨ ਲਾਰਾ ਕਹਿੰਦੇ ਬੱਲਾ ਪੰਜ ਸੱਤ ਵਾਰੀ ਥੱਲੇ ਮਾਰਦਾ ਹੁਣ ਫੇਰ ਉਹੀ ਗੱਲ ਹੋ ਗਈ ਪਹਿਲਾਂ ਵੀ ਤੁਸੀਂ ਇੱਕ ਰਨ ਤੋਂ ਜਿੱਤੇ ਸੀ ਤਿੰਨ ਚਾਹੀਦੇ ਸੀ ਹੁਣ ਫੇਰ ਬਣ ਗਿਆ ਰਨ ਤਿੰਨ ਪਹਿਲੀ ਦੇ ਦੂਜੀ ਦੇ ਛੱਕਾ ਵੱਜਿਆ ਨੌ ਰਨ ਕਹਿੰਦੇ ਪਹਾੜ ਬਣਾ ਦਿੱਤੇ ਆ ਨੌ ਸਕੋਰ ਪਹਾੜ ਬਣਾ ਦਿੱਤੇ ਆ ਮੇਰੇ ਵੀਰੋ ਪਹਿਲਾਂ ਸੈਮੀ ਪਟਾਲ ਤੇ ਦੂਸਰੇ ਪਾਸੇ ਟੀਮ ਟੰਗ ਵਾਲੀ ਤੇ ਮੈਂ ਕਿਤੇ ਮਣੀ ਮੁਸੀਬਤਾਂ ਦੀ ਗੱਲ ਕਰਦਾਂਗੇ